10 ਮਹੀਨੇ ਬਾਅਦ ਵਿਧਾਨ ਸਭਾ ਸਪੀਕਰ ਨੇ ਐਚਐਸ ਫੁਲਕਾ ਦਾ ਕੀਤਾ ਅਸਤੀਫਾ ਪ੍ਰਵਾਨ। ਵਿਧਾਨ ਸਭਾ ਸੀਟ ਖਾਲੀ ਹੋਣ ਕਾਰਨ 6 ਮਹੀਨੇ ਦੇ ਅੰਦਰ ਹੋਣਗੀਆਂ ਦਾਖਾ 'ਚ ਜ਼ਿਮਨੀ ਚੋਣਾਂ। ਫੁਲਕਾ ਤੋਂ ਇਲਾਵਾ ਬਾਕੀ ਵਿਧਾਇਕਾਂ ਦਾ ਅਸਤੀਫਾ ਮਨਜ਼ੂਰ ਨਾ ਹੋਣ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੁੱਕੇ ਸਵਾਲ। ਕਿਹਾ ਸਰਕਾਰ ਖਜ਼ਾਨੇ 'ਤੇ ਪਾ ਰਹੀ ਵਾਧੂ ਬੋਝ ਅਸਤੀਫਾ ਨਾ ਮਨਜ਼ੂਰ ਕਰਨ ਦਾ ਦੱਸੇ ਕਾਰਨ। ਕਰਤਾਰਪੁਰ ਲਾਂਘੇ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚੇ ਮੰਤਰੀ ਸੁਖਜਿੰਦਰ ਰੰਧਾਵਾ। ਕਿਹਾ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਜਲਦ ਜਾਣਗੇ ਪਾਕਿਸਤਾਨ। ਕੈਪਟਨ ਸਰਕਾਰ ਸਤੰਬਰ ਮਹੀਨੇ 'ਚ ਰੋਜ਼ਗਾਰ ਸਕੀਮ ਤਹਿਤ 2 ਲੱਖ ਨੌਜਵਾਨਾਂ ਨੂੰ ਦੇਵੇਗੀ ਰੋਜ਼ਗਾਰ। ਟਵਿੱਟਰ 'ਤੇ ਪੋਸਟ ਸ਼ੇਅਰ ਕਰ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦਿੱਤੀ ਜਾਣਕਾਰੀ। ਕਰਤਾਰਪੁਰ ਲਾਂਘੇ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਸਾਧਿਆ ਸੀਐਮ ਕੈਪਟਨ 'ਤੇ ਨਿਸ਼ਾਨਾ। ਕਿਹਾ ਵੱਧ ਪੈਸੇ ਕਮਾਉਣ ਲਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਕਰਤਾਰਪੁਰ ਲਾਂਘੇ ਨੂੰ ਖਰਾਬ ਕਰਨ ਦੀ ਕੋਸ਼ਿਸ਼।